ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਖਾਲਸਾ ਟੀਮ ਦੇ ਮੋਟਰਸਾਈਕਲ ਵਾਲੀ ਆ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਵੀਰ ਮੇਰੇ ਫਸੇ ਸੀ 4-5 ਮਹੀਨਿਆਂ ਤੋਂ, ਜਿਹਨਾਂ ਦਾ ਕੋਈ ਉਪਰਾਲਾ ਨਹੀਂ ਹੋ ਰਿਹਾ ਸੀ, ਇਹਨਾਂ ਨੇ ਬਹੁਤ ਮਿਹਨਤ ਦਾ ਸਦਕਾ ਜਿਹੜਾ ਉਪਰਾਲਾ ਕਰਕੇ ਅਤੇ ਅੱਜ ਪੰਜਾਬ ਨੂੰ ਖਿਲਾ ਰਹੇ ਨੇ ਪਲੇਟ। ਬਹੁਤ ਬਹੁਤ ਧੰਨਵਾਦ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਅੱਜ ਬੜੀ ਖੁਸ਼ੀ ਹੈ ਕਿ ਗੁਰੂ ਨਾਨਕ ਦਰਬਾਰ ਦੁਬਈ ਗੁਰਦੁਆਰਾ ਅਤੇ ਖਾਲਸਾ ਮੋਟਰਸਾਈਕਲ ਕਲੱਬ, ਅਸੀਂ ਦੋਨੋਂ ਮਿਲ ਕੇ ਪੂਰੇ ਸਾਰੇ ਪੰਜਾਬ ਦੇ ਜਿੰਨੇ ਵਾਸੀ ਫਸੇ ਨੇ ਇੱਥੇ ਦੁਬਈ ਵਿੱਚ, UAE ਵਿੱਚ, ਉਹਨਾਂ ਵਾਸਤੇ ਰਿਪੈਟਰੀਸ਼ਨ ਫਲਾਈਟ ਅਸੀਂ ਅਰੇਂਜ ਕੀਤੀ ਹੈ। ਪਰਸੋਂ ਇੱਕ ਫਲਾਈਟ ਗਈ ਹੈ 209 ਪੈਸੇਂਜਰ ਨਾਲ, ਅੱਜ ਦੂਸਰੀ ਫਲਾਈਟ ਰਸਲ ਖੇਮਾ ਤੋਂ ਜਾ ਰਹੀ ਹੈ। 175 ਪੈਸੇਂਜਰ ਹਨ, 175 ਪੈਸੇਂਜਰ ਹਨ, ਅਤੇ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਸਾਡੀ 8-9 ਫਲਾਈਟਾਂ ਹੋਰ ਸਾਡੀ ਬੁੱਕ ਹੋਈਆਂ ਹਨ, ਜਿਹਨਾਂ ਕਰਕੇ ਅਸੀਂ ਸਾਰਿਆਂ ਨੂੰ ਕੋਸ਼ਿਸ਼ ਕਰਕੇ ਸਾਰਿਆਂ ਨੂੰ ਵਾਪਸ ਆਪਣੇ ਫੈਮਿਲੀ ਨਾਲ ਮਿਲਾਵਾਂਗੇ, ਸਾਰੇ ਉੱਥੇ ਪਹੁੰਚ ਜਾਣਗੇ ਠੀਕ ਠਾਕ। ਸਾਨੂੰ ਬੜੀ ਖੁਸ਼ੀ ਹੋਏਗੀ ਕਿ ਇਸ ਮੁਸ਼ਕਿਲ ਦੇ ਮੌਕੇ ਵਿੱਚ ਅਸੀਂ ਕਿਸੇ ਦੇ ਕੰਮ ਆ ਸਕਦੇ ਹਾਂ। ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਖਾਲਸਾ ਮੋਟਰਸਾਈਕਲ ਕਲੱਬ, ਜਿਹਨਾਂ ਦੀ ਸਰਦਾਰ ਸੁਖਦੇਵ ਸਿੰਘ ਹੋਰਾਂ ਨੇ, ਉਹਨਾਂ ਦੀ ਟੀਮ ਨੇ ਇਤਨਾ ਉਪਰਾਲਾ ਕੀਤਾ ਹੋਵੇ ਕਿ ਇਤਨਾ ਸਹਾਇਤਾ ਨਾਲ ਸਾਰਿਆਂ ਨੂੰ ਠੀਕ ਠਾਕ ਇੱਥੇ ਏਅਰਪੋਰਟ ਲੈ ਕੇ ਆਏ ਹਨ, ਅਤੇ ਸਾਰਿਆਂ ਦੀ ਮੈਡੀਕਲ ਹੋਣ ਦੇ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਅੰਮ੍ਰਿਤਸਰ ਦੀ ਫਲਾਈਟ 'ਤੇ ਬੋਰਡ ਕਰਨਗੇ। ਇੰਡੀਅਨ ਕੌਂਸਲੇਟ ਨੂੰ, ਇੰਡੀਅਨ ਐਮਬੈਸੀ ਨੂੰ ਸ਼ੁਕਰਗੁਜ਼ਾਰ ਹਾਂ ਸਾਰਿਆਂ ਦੀ, ਕਿਉਂਕਿ ਇਹਨਾਂ ਸਾਰਿਆਂ ਨੇ ਸਾਨੂੰ ਸਹਾਇਤਾ ਕੀਤੀ ਹੈ। ਸਾਨੂੰ ਪਰਮਿਸ਼ਨਾਂ ਮਿਲ ਗਈਆਂ ਹਨ, ਟਾਈਮ 'ਤੇ ਪਰਮਿਸ਼ਨ ਮਿਲ ਗਈ ਹੈ, ਅਤੇ ਉਸ ਪਰਮਿਸ਼ਨ ਨਾਲ ਸਾਡੀ ਫਲਾਈਟ ਚਾਰਟਰ ਹੋ ਸਕੇ, ਅਤੇ ਸਾਰੀ ਸੰਗਤ ਪੂਰੀ ਠੀਕ ਠਾਕ ਵਾਪਸ ਪੰਜਾਬ ਪਹੁੰਚ ਸਕਦੀ ਹੈ। ਹੁਣ ਸੁਖਦੇਵ ਜੀ ਤੁਸੀਂ ਕਹਿਣਾ ਚਾਹੁੰਦੇ ਕੁਛ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਰਦਾਰ ਸੁਰਿੰਦਰ ਸਿੰਘ ਭੰਡਾਰੀ, ਜੋ ਕਿ ਗੁਰੂ ਨਾਨਕ ਦਰਬਾਰ ਗੁਰਦੁਆਰਾ ਦੇ ਚੇਅਰਮੈਨ ਨੇ, ਅਤੇ ਨਾਲ ਉਹਨਾਂ ਦੇ ਬਾਬਲ ਭੰਡਾਰੀ ਜੀ। ਬਹੁਤ ਬਹੁਤ ਇਹਨਾਂ ਦਾ ਉਪਰਾਲਾ ਜਿਹੜਾ ਅੱਜ ਤੋਂ 3 ਮਹੀਨੇ ਤੋਂ ਲੈ ਕੇ ਰਾਸ਼ਨ ਦੀ ਸੇਵਾ ਅਤੇ ਸਾਰੇ ਸੰਗਤ ਨੂੰ। ਔਰ ਦੂਸਰਾ, ਮੈਂ ਇਹਨਾਂ ਨੂੰ ਸਪੈਸ਼ਲ ਥੈਂਕ ਇਸ ਕਰਕੇ ਕਰਨਾ ਚਾਹੁੰਦਾ ਕਿ ਇਹਨਾਂ ਨੇ ਸਪੈਸ਼ਲੀ ਮੈਨੂੰ ਇਹ ਕਿਹਾ ਸੀ, ਅਸੀਂ ਕਈ ਵਾਰ ਪੁੱਛ ਲੈਂਦੇ ਹਾਂ ਇਹਨਾਂ ਨੂੰ ਕਿ ਇਹ ਦੂਜੀ ਕਮਿਊਨਿਟੀ ਦੇ ਇਹਨਾਂ ਦੇਈਏ ਖਾਣਾ, ਇਹਨਾਂ ਕਹਿੰਦਾ ਦਿਓ। ਰੋਜ਼ਿਆਂ ਦੇ ਟਾਈਮ 'ਤੇ ਹਰ ਵਿੱਚ ਇਹਨਾਂ ਨੇ ਹਰ ਟਾਈਮ ਇਹਨਾਂ ਕਿਹਾ ਕੋਈ ਵੀ ਬੰਦਾ ਭੁੱਖਾ ਨਾ ਰਹੇ, ਹਰ ਇੱਕ ਨੂੰ ਖਾਣਾ ਦਿਓ। ਇਸ ਕਰਕੇ ਇਹਨਾਂ ਸਪੈਸ਼ਲ ਥੈਂਕ, ਔਰ ਇਹਨਾਂ ਦਾ ਇੱਥੇ ਆਉਣ 'ਤੇ ਵੈਲਕਮ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ। ਔਰ ਜਿਹੜੀਆਂ ਨੇ ਚਾਰਟਰ ਪਲੇਟਾਂ ਬੁੱਕ ਕੀਤੀਆਂ ਨੇ, ਚਾਰਟਰ ਪਲੇਨ, ਉਹਨਾਂ ਦਾ ਅਸੀਂ ਧੰਨਵਾਦ ਇਹਨਾਂ ਦਾ ਕਰ ਹੀ ਨਹੀਂ ਸਕਦੇ ਨਾ, ਜੋ ਇਹਨਾਂ ਉਪਰਾਲਾ ਕੀਤਾ। ਇੰਨੀ ਸੰਗਤ ਨੂੰ ਜਿਹੜਾ ਇਹਨਾਂ ਨੇ ਆਪਣੇ ਮਾਂ ਬਾਪ ਨਾਲ ਬੱਚਿਆਂ ਨੂੰ ਮਿਲਾਇਆ, ਕਈ ਰੋ ਰੋ ਕੇ ਵੀਡੀਓ ਭੇਜ ਰਹੇ ਨੇ, ਕੋਈ ਬੱਚੇ ਵੀਡੀਓ ਭੇਜ ਰਹੇ ਨੇ ਕਿ 6 ਮਹੀਨੇ ਬਾਅਦ ਆਪਣੇ ਪਾਪਾ ਨੂੰ ਮਿਲਣਾ, ਕੋਈ ਕਹਿੰਦਾ 1 ਸਾਲ ਬਾਅਦ ਮਿਲਣਾ, ਕੋਈ 5 ਸਾਲ ਬਾਅਦ ਮਿਲਣਾ। ਔਰ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਮਾਂ ਪਿਓ ਦੀਆਂ ਅਸੀਸਾਂ, ਉਹਨਾਂ ਦੇ ਬਜ਼ੁਰਗਾਂ ਦੀਆਂ ਅਸੀਸਾਂ, ਜਿਨ੍ਹਾਂ ਦੇ ਬੱਚੇ ਇੱਥੇ ਫਸੇ ਸੀ, ਜਿਹੜੇ ਵਿਜੇ ਦੇ ਵਿਚਾਰੇ ਧੁੱਪ ਦੇ ਵਿੱਚ ਸੌਂਦੇ ਸੀ, ਅਤੇ ਜਿਨ੍ਹਾਂ ਉਹ ਖਾਣਾ ਰਾਸ਼ਨ ਪਾਣੀ ਕੁਛ ਨਹੀਂ ਹੈਗਾ, ਉਹਨਾਂ ਦੀਆਂ ਸਾਰੇ ਇਹਨਾਂ ਦਾ ਬਹੁਤ ਧੰਨਵਾਦ। ਟਿਕਟਾਂ ਦਾ ਜਿਹੜੇ ਇਹਨਾਂ ਦੇ ਵੱਲੋਂ ਫਿਰ ਇੱਕ ਬਹੁਤ ਵੱਡਾ ਉਪਰਾਲਾ ਇਹ ਸੀ ਕਿ ਜਿਹੜੇ ਬੰਦੇ ਨਿਊਜ਼ਾਂ ਦੇ ਵਿੱਚ ਆਮ ਹੀ ਲੋਕ ਕਹਿ ਦਿੰਦੇ ਆ ਕਿ ਮੈਂ ਇਹ ਕਰਾਂਗਾ ਜੋ ਕਰਾਂਗਾ,
लेकिन सच्चाई कुछ होर होंदी है और ये बिल्कुल कंधारी साहब सामने खड़े ने और इन्होंने कहा कि जेडे टिकटा पिछली बार भी 12 टिकटा असं अपने को करके दतिया वो सारा उपराला इन्हों का सी और अज भी जेडे सिंह कुछ नहीं दे सकते जिन्हों के पैसे घट गए ने वो भी ये 6-7 टिकटा ने जड़ी देंगे बाकी बयान तो हर कोई लवा दिता न्यूज़ पेपर से मैं कर रहा जो कर रहा लेकिन सच्चाई जी है सामने है अज और सारे संगत सुन रही है और टीवी पर भी देखेंगे मैं नहीं कहता जी सच वा मैं सच सामने इन्हों सामने मैं बोल सकता और जोड़ा कोई सामने मेरे आ कहूगा मैं बिल्कुल सच कहूँगा और बिल्कुल मैं ये कहना भी करो जो कहना वा करके जो दिखाओ तो जै कहो ना किसी को झूठा लारा कभी ना लाओ ठीक है जी वाहेगुरू जी का खालसा बोलो तो कोई गल नहीं सर तो ज्यादा दुआवां दे रहे हैं गुरदेव सिंह वीडियो पापा लोग कह रहे हैं रात 12 बजे तक भी जागते हैं और दविंदर सिंह अंदर ने और सवेरे फिर 4 बजे रेडी जयकारा तो शुरू हो गया बहुत वधिया वाहेगुरु जी का खालसा वाहेगुरु जी की फतेह बाकी सब ने तो बहुत कुछ कह लिया तो मेरे वास्ते बस इन्ना ही मैं कहांगी कि असी एक तो गुरुद्वारे ने जो उपराला किया है ए, अपनी तरफ एक नवी चीज़ हुई है या जो भी है इंसानियत के तौर पर असी एक प्रिंसिपल किया है गुरु नानक देव जी के प्रिंसिपल्स से चल रहे हैं कि जिन्नी सेवा असी कर सकी लोगों वास्ते उन्नी घट है और इतना इतने जितना जो इतने मुश्किल आ रही साढ़े सारे प्रभावान उन्होंने वास्ते जो असी जो भी कर सकी नाले सब तो ज़्यादा असी शुक्रगुजार हाँ खालसा मोटरसाइकिल क्लब के जिन्होंने ना दिन देखे ना रात और जिस वक्त जिस दी फोन आए हमेशा उन्होंने अटेंड करके लैके आते सन दिलों सेवा की है तो ये रब उन्होंने जरूर इसका भाग लगाएगा इन्होंने और साड़ी दिलों यही ख्वाहिश है कि सारे इसी तरह फलते फुलते रहन तो इसी तरह ये सेवा करते रहन जगत की गुरुआ अपने गुरुआ के प्रिंसिपल्स से चलन की और जेड़े भी बच्चे इतों जा रहे हैं अपने माँ प्यो नाल या अपने फैमिलीज नाल मिलन ते खुश रहन उन साड़ी साडे उन्हें वास्ते यही असीस है यही दुआ है ते रब करे सारी जगह खुशियां वापस आ जान वाहेगुरु जी का खालसा वाहेगुरु जी की फतेह। طبعا ما شاء الله كلهم عندهم دراجات ويشاركون في مناسبات الدولة دولة الإمارات احتفالات اليوم الوطني وعندهم مبادرات مجتمعية كثيرة مثل هالمبادرة المجتمعية الطيبة اللي هم حاولوا يساعدون فيها أكبر عدد ممكن من الجالية الهندية التي هي عالقة في الدولة واللي هي ما عندها تذاكر ما عندها أكل ما عندها مشاكل وما ما استطاعت أن هي ترجع بلادها فهم وفروا لها طيران خاص بحيث أنهم يحاولون يساعدون أكبر عدد ممكن من الجالية هذه أن هي ترجع لبلادها في أمن وأمان. طبعا أنا أشكرهم يعني بنيابة كإماراتي أشكر الفريق هذا اللي هو دائما متعاون ويحب يقدم هاي الخدمات المجتمعية وأقول لهم يعني مشكورين thanks very much for all your support whatever you did to the all Indian peoples. Your team is really very special team in my experience and you I never saw like this volunteers who support the Indian people to go back to India with all arrangements. It's really amazing and thanks very much really. Thank you for Surinder Singh Kadari. Thank you very much sir. I want to thank the UAE government because the UAE government has been a great support to us in this difficult time of COVID-19 and we are grateful to the rulers of the UAE, the governments of all the health authorities and everybody who have been very supportive in helping us to send our people back to their families because they all have been stranded here now and we want them to all go and unite with their families. And thanks to the UAE government, all the governments have been helping us to support us to send the families back to their home country. Thank you very much, sir. God bless you all. Thank you.
वाहेगुरु जी का खालसा वाहेगुरु जी की फतेह। अज खालसा मोटरसाइकिल टीम दुबई यूएई वाले रसल खेमा एयरपोर्ट पर पहुंचे आ, तो बहुत ही धन्यवाद पहला साड़ी टीम का वलंटियर का जिन्ह रात दिन मेहनत करके ते आ जी स्पाइस जेट की रसल खेमा तो अमृतसर की फ्लाइट सी ये बहुत योगदान पाया रात दे बहुत दविंदर सिंह का और गुरदेव सिंह का रचना ते रीना मैम का बहुत बहुत धन्यवाद। तो स्पैशल थैंक सुरिंदर सिंह कंधारी चेयरमैन ऑफ गुरुद्वारा नानक दरबार दुबई उन्हों का बहुत धन्यवाद। बाकी जिन्हां वीर ने परमिशन दे विच बड़ा योगदान पाया जिन्हें परमिशन दी है सेंटर गवर्नमेंट पंजाब गवर्नमेंट उन्हों का बहुत बहुत धन्यवाद। बाकी होर दुबई गवर्नमेंट का तो स्पैशली थैंक धन्यवाद रसल खेमा पुलिस तो रसल खेमा एयरपोर्ट मैनेजमेंट का बहुत बहुत धन्यवाद। वो साढ़े रन सिंह जी जे इतने एयरपोर्ट मैनेजमेंट के मैनेजर ने उन्होंने बहुत बहुत धन्यवाद बहुत संयोग दिता और सानू बहुत वधिया लगा कि जिहड़ा इत्थों दा मैनेजमेंट रैक पुलिस ते रैक जिहड़ा जिहड़े भी डिपार्टमेंट है इन्हां दा बहुत बहुत धन्यवाद बहुत वधिया पहली बार फस्ट टाइम आए सी रसल खेमा एयरपोर्ट ते ते बाकी साढ़े अली इब्राहिम जी जिहड़े स्पैशल दुबई लेबर ऑफ कैंसलेशन मैनेजर ने उन्हां दा बहुत बहुत धन्यवाद। वो इत्थे आए तो चलो सुरिंदर सिंह कंधारी बबल कंधारी सारयां दा बहुत बहुत धन्यवाद। तो फिर एक बार तो मैं साढ़े वलंटियर जिहड़े रात दिन मतलब अपना काम सारे कारोबार वाले वीर ने सारा अपना काम छड के ते रात दिन लोगों के फोन चुकते हैं निक्का दविंदर सिंह जी अमृत ते अपना गुरदेव जिहड़े साडे ऑफिस वाले सरदार दविंदर सिंह जिन्ने भी बंदे आ सर हरजिंदर सिंह सर गुरप्रीत सिंह संधु साहब बाकी ए भाई संधु साहब गुरदीप सिंह जी रूबल जी जसदीप जी जे कोई मेरा वीर रह गया हो गुस्सा बिल्कुल नहीं करे हरदीप सिंह सग्गू जी उन्हों का बहुत बहुत धन्यवाद। तो बाकी स्पैशल धन्यवाद साढ़े गुरपाल सिंह का उन्हें बहुत संयोग दिता सारिया फ्लाइटों के उन्हों का बहुत बहुत धन्यवाद। वाहेगुरु जी का खालसा वाहेगुरु जी की फतेह। बोले सो निहाल सत श्री अकाल।